ਸੋ ਕੀ ਹੈ ਚੱਲੇ ਮਿੱਤਰੋ ਜੀ, ਆ ਤੁਹਾਡਾ ਇੱਕ ਹੋਰ ਨਵੇਂ ਵਲੋਗ 'ਚ ਸਵਾਗਤ ਹੈ। ਅੱਜ ਦਾ ਵਲੋਗ ਆਪਣਾ ਹੋ ਜਾਂਦਾ ਕਾਈਟ ਸ਼ੋਪ 'ਤੇ। ਅੱਜ ਆਪਾਂ ਆਏ ਹੋਏ ਹਾਂ ਖੂਹ ਵਾਲੇ ਕਾਈਟ ਸਟੋਰ 'ਤੇ, ਅਤੇ ਅੰਦਰ ਹੈਗੀ ਦੁਕਾਨ, ਅਤੇ ਅੰਦਰ ਆਪਾਂ ਆ ਗਏ ਹਾਂ। ਅਤੇ ਇਹ ਭਾਈ ਜੀ ਵੀ ਉਹ ਕਰਦੇ ਪਏ, ਗੁੜੀਆਂ ਨੂੰ ਕਰਦੇ ਪਏ, ਡਿਜ਼ਾਇਨ ਕਰਦੇ ਪਏ ਆ ਭਾਈ। ਇਹ ਮਛਲਾ ਬੂਟਾ ਨਾ, ਛੇ ਦਾ ਇਹ, ਅਤੇ ਇਹ ਨੇ ਭਾਈ ਜੀ ਦੁਕਾਨ ਦੇ ਓਨਰ, ਪਹਿਲਾਂ ਤਾਂ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਹੋਰ ਭਾਈ ਸੁਣਾਓ ਕੀ ਹਾਲ ਚਾਲ, ਠੀਕ ਹੋ? ਅਤੇ ਇੱਕ ਵੀ ਇੱਧਰ ਹੀ ਵੀਰ ਆਏ ਆ, ਉਹ ਆਪਣਾ ਕੰਮ ਕਰਦਾ ਵੈ, ਅਤੇ ਦੋ ਵੀਰ ਇੱਧਰ ਲੱਗੇ ਹੋਏ ਆ, ਅਤੇ ਉਹ ਚਾਰ ਤਲਾ ਬੰਦਾ ਰਿਹਾ। ਅਤੇ ਹੁਣ ਭਾਈ ਆਪਾਂ ਨੂੰ ਗੁੜੀਆਂ ਬਣਦੇ ਆ, ਚਲੋ ਭਾਈ ਅਤੇ ਗੁੜੀਆਂ ਨੂੰ ਸਟਾਰਟਿੰਗ ਕਰੋ ਖਾਣ ਤੋਂ, ਛੋਟੀ ਗੁੱਡੀ ਤੋਂ ਸ਼ੁਰੂ ਕਰਦੇ ਆਪਾਂ। ਨਾ ਆਪਣਾ ਭਰਾ ਵੀ ਰਹੇ ਆਇਆ, ਤੂੰ ਵੀ ਨਾਲ ਆਇਆ ਭਰਾ, ਸਟਾਰਟਿੰਗ ਦੇਖੋ ਛੋਟੀ ਗੁੱਡੀ। ਭਾਈ ਕਿਹੜਾ ਸਾਈਜ਼ ਹੈ? ਮੰਜੋਲਾ ਤੇ ਕੀ ਪ੍ਰਾਈਜ਼ ਇਹਦਾ? 60 ਰੁਪਏ ਦਰਜਨ। ਤੇ ਇਸ ਤੋਂ ਅੱਗੇ ਭਾਜੀ ਡਿਜ਼ਾਈਨ ਵਾ ਦੋ ਵਿੱਚ ਇੱਕ ਵਾਰੀ, ਇਹਦੇ ਵਿੱਚ ਡਿਜ਼ਾਈਨ ਦੇ ਦੇਖੋ ਜੀ, ਪਰੀ ਦੇ ਦੇਖੋ ਪਰੀ। ਉਸ ਤੋਂ ਬਾਅਦ ਆ ਜਾਂਦੀ ਜੀ ਪੌਣੀ, ਉਸ ਤੋਂ ਬਾਅਦ ਇਹਦੀ ਦੇਖੋ ਪੌਣੀ, ਪੌਣੀ ਆ ਗਈ ਤੁਹਾਡੀ ਜੀ। ਹਾਂ ਪੌਣੀ ਵੇਖੋ, ਦੋ ਰੰਗ ਵਿੱਚ ਦੇਖੋ, ਇੱਕ ਬਰਾਊਨ ਹੈਗਾ ਅਤੇ ਇੱਕ ਪਰਪਲ ਹੈਗਾ। ਅਤੇ ਭਾਈ ਇਹਦਾ ਕੀ ਰੇਟ ਜੇ? ਇਹਦੀ 150 ਰੁਪਏ ਦਰਜਨ ਜੀ। ਇਹ 150 ਰੁਪਏ ਦਰਜਨ ਜੇ, ਅਤੇ ਨਾਲ ਪਰੀ ਵੀ ਆ ਜਾਂਦੀ ਆ ਵੇਖੋ, ਇੱਕ ਆ ਵੇਖੋ ਵੇਖੋ, ਪਤੰਗ ਨਹੀਂ ਲੱਕੜ ਦੀ ਪਤੰਗ ਸੰਨੀ ਦਿਖਿਆ ਆਪਾਂ। ਇਸ ਤੋਂ ਅੱਗੇ ਬਾਅਦ ਜੀ ਤਾਵੀ ਆ ਜਾਂਦੀ ਆ, ਤਾਵੀ ਦੀ ਯੈਲੋ ਜੀ, ਤਾਵੀ ਸਾਈਜ਼ ਆ ਗਈ, ਆਹ ਤਾਵੀ ਆ ਗਈ। ਕੀ ਪ੍ਰਾਈਸ ਆ ਭਾਈ ਇਹਦਾ? ਇਹਦਾ 240 ਰੁਪਏ ਜੀ। 240 ਤੇ ਡਿਜ਼ਾਈਨ ਵਾ ਵਿੱਚ, ਡਿਜ਼ਾਈਨ ਇਸ ਵਿੱਚ ਦੇਖੋ ਜੀ, ਹਲੋ ਜੀ ਪਰੀ ਆ ਗਈ ਜੀ, ਆਹੋ ਪਰੀ ਆ ਗਈ, ਹੋਰ ਪਰੀ ਆ ਗਈ ਹੈ, ਖਰਬੂਜਾ ਪਰੀ ਆ ਗਈ, ਖਰਬੂਜਾ ਹੈ ਵੀ, ਖਰਬੂਜਾ ਪਰੀ ਆ ਗਈ, ਡਿਜ਼ਾਈਨ ਚ ਵਾਧੂ ਗਏ ਜੇ। ਪਾਕਿਸਤਾਨੀ ਡਿਜ਼ਾਈਨ ਚ ਐਂਡ ਤੇ ਹੋਰ ਭਾਈ 60 ਰੁਪਏ ਪੀਸ ਹੈ? ਹਾਂਜੀ ਹਾਂਜੀ। ਅੱਗੇ ਤੇ ਆ ਗਿਆ ਜੀ, ਆ ਜਾ ਜਾਨ ਜੀ, ਆ ਤਿੰਨ ਤਾਵੀ ਆਖੋ, ਤਿੰਨ ਤਾਵੀ। ਕੁਆਂਟੀਟੀ ਚੈੱਕ ਕਰੇ ਕਰੀ ਲਿਫਾ ਵਿੱਚ ਕਿੰਨੇ ਗੁੱਡੇ ਪਏ ਹੈ ਭਾਈ, ਹੁਣ ਖੋਲ ਕੇ ਆਪਾਂ ਨੂੰ ਵਾਂਦੇ, ਸਪੈਸ਼ਲ ਆਪਣੇ ਵਾਸਤੇ ਵਾਂਦੇ ਜੀ। ਅਤੇ ਭਾਈ ਥੋੜ੍ਹਾ ਬਿਜ਼ੀ ਗਏ ਸੀ, ਭਾਈ ਕਹਿੰਦੇ ਸੀ ਵੀਡੀਓ ਨਹੀਂ ਬਣਾਉਣ ਦੇਣੀ, ਪਰ ਭਾਈ ਨੇ ਸਾਡੇ ਟਾਈਮ ਕੱਢ ਦਿੱਤਾ। ਅਤੇ ਖੁੱਪਾ ਕਿਸ ਨੇ ਡਿਜ਼ਾਇਨ 'ਚ, ਅਤੇ ਭਾਈ ਕਿੰਨਾ ਤਾਵਾ ਹੈ? ਤਿੰਨ ਤਾਵਾ ਜੀ। ਅਤੇ ਇਹਦਾ ਕੀ ਪ੍ਰਾਈਜ਼ ਜੀ? ਇਹਦਾ ਜੀ 120 120 ਰੁਪੀਸ ਪਰ ਪੀਸ ਹੈ। ਅਤੇ ਹੋਰ ਭਾਈ ਇਹਦੇ 'ਚ ਡਿਜ਼ਾਇਨ ਵਾ ਦਿਓ, ਇਹਦੇ 'ਚ ਡਿਜ਼ਾਇਨ ਐਂਜੀ ਵਾ ਦਿਓ, ਕੋਈ ਉਹ ਬਾਹਰ ਕੱਢਣ ਫਟ ਫੁੱਟ ਨਾ ਜਾਵੇ। ਆਹ ਵੇਖੋ ਗੁੱਡੇ ਆ, ਅਤੇ ਗੁੱਡੇ ਦੇ ਪਤੰਗ, ਅਤੇ ਆਹ ਚੰਦਰਮਾ ਜੀ, ਇਹ ਚੰਦਰਮਾ ਵੇਖੋ, ਨਾਈਸ। ਆਪਾਂ ਇਸ ਕਰਕੇ ਬਾਹਰ ਕਢਾਉਂਦੇ ਨੇ ਤਾਂ ਭਾਈ ਦਾ ਥੋੜ੍ਹਾ ਨੁਕਸਾਨ ਵੀ ਹੋ ਜਾਂਦਾ, ਗੁੱਡੇ ਗਾਡੇ ਥੋੜ੍ਹੇ ਨਰਮ ਨੁਰਮ ਹੁੰਦੇ ਨੇ, ਇਸ ਕਰਕੇ ਫਟ ਫੁੱਟ ਜਾਂਦੇ ਗਏ ਜੀ। ਲੱਗ ਗਿਆ ਤਿੰਨ ਤਾਵਾ, ਤਿੰਨ ਤਾਵਾ ਚੈੱਕ ਕਰੋ, ਅੱਖੜ ਕਿੱਡਾ ਜਿਹਾ ਡਿਜ਼ਾਇਨ ਹੈ, ਐਂਡ ਰੱਖ ਵੱਡੀ ਪਤੰਗ ਪਈ ਹੈ। ਪਈ ਹੈ ਪਤੰਗ ਕਿੰਨੀ? ਇਹ 300 ਰੁਪਏ ਜੀ। ਇਹ 300 ਰੁਪਏ ਮੱਛੀ, ਮੱਛੀ 'ਚ ਦੋ ਪਤੰਗਾਂ ਐਂਡ। ਹੋਰ ਭਾਈ ਹੋਰ ਜੀ, ਉਸ ਤੋਂ ਬਾਅਦ ਅੱਜ ਇੱਧਰ ਵੀ ਗੁੱਡੇ ਪਏ ਹੈ, ਇਹ ਵੀ ਤਿੰਨ ਤਾਵੇ ਹੈਗੇ, ਮਛਲੇ ਹੈਗੇ, 50 ਰੁਪਏ ਪੀਸ। ਚਾਰ ਤਾਵਾ ਰੈਡੀ ਹੋ ਰਿਹਾ ਜੀ, ਹਾਂਜੀ। ਤੇ ਆ ਵੇਖੋ ਵੀਰ ਇੱਧਰ ਆਪਣਾ ਕੰਮ ਕਰ ਰਿਹਾ, ਲਪਾਈ ਕਰਦਾ, ਲਪਾਈ ਛੇ ਤਾਵਾ ਤਿਆਰੀ ਦੀ ਨਾ ਜੀ। ਤੇ ਛੇ ਤਾਵਾ ਕਹਿੰਦੇ ਅਜੇ ਰੈਡੀ ਹੋ ਰਹੇ ਨੇ, ਸਾਢੇ ਚਾਰ ਕਿੱਠੀ ਜੇ ਆਖੋ ਪਤੰਗ ਭਾਈ, ਕਈ ਕੱਢੇ ਬਾਹਰ ਕੱਢੇ, 100 ਰੁਪਏ ਪੀਸ ਜੇ, 100 ਰੁਪਏ ਪੀਸ ਆ, ਇਹ ਇਹਨਾਂ ਨੇ ਆਪ ਤਿਆਰ ਹੀ ਆ, ਹਾਂਜੀ।
ਇਸ ਤੋਂ ਬਾਅਦ ਭਾਈ ਇਸ ਤੋਂ ਬਾਅਦ ਇਹ ਆ ਜਾ 70ਵੇਂ ਦੀ ਇਹ 70ਵੇਂ ਦੀ ਹਾਂਜੀ ਚੋਲ ਸਾਹਿਬ ਹਾਂਜੀ ਇਹ ਪਾਕਿਸਤਾਨੀ ਲੈ ਆਂਦੇ ਤੇ ਪਾਕਿਸਤਾਨੀ ਤੇ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਆਪਣੇ ਕੋਲ ਜੀ ਪੌਣੀ ਚ ਕਲੱਪੜ ਵੀ ਹੈਗਾ 150 ਰੁਪਏ ਪੌਣੀ ਚ ਛੱਜ ਹਾਂਜੀ ਛੱਜ ਕਹਿੰਦੇ ਇਹਨੂੰ ਹਾਂਜੀ ਇਹ 150 ਰੁਪਏ ਦੱਸ ਦਿੰਦੇ ਹਾਂਜੀ ਇਹ ਤੇ ਕਲਰ ਹੈਗੇ ਆ ਅੱਜ ਜਾਂ ਦੇਖੇ ਤਾਂ ਇਹ ਚ ਵਾਧੂ ਲੱਗੀ ਆ ਪਰ ਆ ਵੀ ਤੇ ਬਲੈਕ ਵੀ ਇਧਰ ਵੀ ਗੁੱਡੀਆਂ ਲੱਗੀਆਂ ਉਧਰ ਵੀ ਲੱਗੀ ਆ ਤਰਾ ਵੱਡਾ ਸਾਈਜ਼ ਹੈ ਜੀ ਇਹ ਗੁੱਡੀ ਤੁਹਾਨੂੰ ਦਿਖਾਉਣੇ ਆ ਜੋ ਇਹ 100 ਰੁਪਏ ਦਰਜਨ ਦੇ ਇਹ ਆ ਲੱਗੀ ਸਾਰੀ ਗੁੱਡੀ ਜੀ ਆ ਦੇਖੋ ਕੁਆਂਟੀਟੀ ਚੈੱਕ ਕਰੋ ਕਿੰਨੀ ਗੁੱਡੀਆਂ ਲੱਗੀਆਂ ਨੇ ਸਾਰੀ ਡਿਜ਼ਾਈਨਿੰਗ ਇਹਦੀ ਆ ਤਾਂ ਪਾਈ ਡਿਜ਼ਾਈਨ ਬਾਅਦ ਵਿੱਚ ਲਓ ਜੀ ਇਹ ਤੋਂ ਵੱਖ ਵੱਖ ਡਿਜ਼ਾਈਨ ਨੇ ਜਿਸ ਤਰ੍ਹਾਂ ਕਿ ਇਹ ਲਗਾ ਲਓ ਹਾਂ ਅੱਖੜ ਤੇ ਇਹ ਦੇਖੋ ਇਧਰ ਵੀ ਠੀਕ ਹੈ ਜੀ ਹਾਂਜੀ ਲੋ ਵੱਖ ਵੱਖ ਬੋਲ ਜਾਣ ਸਾਰੀ ਗੁੱਡੀ ਵਧੀਆ ਹੈਗੀ ਹੈ ਐਂ ਨਹੀਂ ਕਿ ਤੁਸੀਂ 12 ਗੁੱਡੀਆਂ ਖੜ ਲਓਗੇ ਤੇ ਬੇਚਾਰਾ 12 ਗੁੱਡੀਆਂ ਖੜਦੇ ਹੈਗੇ ਉਹ ਚੁੱਕੇ ਦੋ ਤਿੰਨ ਤੁਸੀਂ ਢਾਂਦੇ ਤਾਂ ਬਾਕੀ ਸਾਰੀ ਖਰਾਬ ਨਿਕਲਦੀ ਨਹੀਂ ਇਹ ਗੁੱਡੀ ਤੁਹਾਨੂੰ ਗਰੰਟੀ ਗੁੱਡੀ ਹੈਗੀ ਹੈ ਜਿੰਨੀ ਗੁੱਡੀਆਂ ਖੜੋਗੇ ਸਾਰੀ ਸਿੱਧੀ ਨਿਕਲੇਗੀਆਂ ਤੇ ਹੋਰ ਇਸ ਤੋਂ ਬਾਅਦ ਵੀ ਕਰੀ ਇੰਜਰ ਨਹੀਂ ਇਸ ਤੋਂ ਬਾਅਦ ਜੀ ਹੁਣ ਡੋਰ ਦਿਖਾਣਾ ਤੁਹਾਨੂੰ ਜੀ ਅਜੋ ਡੋਰ ਬਾਅਦ ਸੋ ਗਾਈਜ਼ ਹੁਣ ਭਾਈ ਆਪਾਂ ਨੂੰ ਚੱਖੜੀਆਂ ਮਾਂ ਜਾ ਰਹੇ ਜੇ ਤੇ ਇਹ ਵੇਖੋ ਭਾਈ ਨੇ ਚੱਖੜੀ ਖੋਲਤੀ ਹੈ ਇੱਕ ਭਾਈ ਕਿਹੜੀ ਚੱਖੜੀ ਹੈ ਇਹ ਹੈ ਜੀ 12ਦਾਰ 12 ਪਲੱਸ 12 ਪਲੱਸ ਹੈਗੀ ਜੇ ਚੱਖੜੀ ਚੈੱਕ ਕਰੋ ਭਾਈ ਜੀ ਖੋਲਦੇ ਪਏ ਜੇ ਇਹਨੂੰ ਇਹਦੇ ਆਪਣਾ ਭਰਾ ਖੋਲਤਾ ਹੈ ਵੇਖੋ ਅਸੀਂ ਵੇਚਦਾ ਪਿਆ ਚੈੱਕ ਕਰੋ ਡੋਰ 'ਤੇ ਡੋਰ ਵਧੀਆ ਹੈਗੀ ਹੈ ਫੜੀ ਯਾਰ ਇਹ 1800 ਰੁਪਏ ਚੱਲਦੀ ਇਹ 1800 ਰੁਪਏ ਚੱਕੜੀ ਹੈਗੀ ਸ਼ੇਅਰ ਹੀ ਲਾ ਜਾ ਚੱਖੜੀ ਚੈੱਕ ਕਰੋ ਕਿੰਨੀ ਭਾਰੀ ਹੈਗੀ ਹੈ ਇਹ ਹੈਗੀ ਆਪਣੀ 12 ਤਾਰ ਇਸ ਤੋਂ ਭਾਈ ਭਾਈ ਕਿਹੜੀ ਆਉਂਦੀ ਹੈ 16 ਤਾਰ ਸੋਲਾਂ ਤੁਹਾਨੂੰ ਤੁਹਾਨੂੰ ਐਵੇਂ ਕਿੱਥੇ ਮਿਲ ਲੂੰਗੀ ਨਹੀਂ ਇੰਨੇ ਦਿਨਾਂ ਤੁਹਾਨੂੰ ਮਿਲ ਜੂਗੀ ਬੜੀ ਹਾਂ ਰੇਅਰ ਮਿਲਦੀ ਹੈ ਦੇਖੋ ਸੰਤੀ ਕਲ ਦੀ ਖੁੱਲੀ ਹੈ ਵੀ ਡੰਡੀ ਨਾਲ ਟੁੱਟ ਕੇ ਲੋ ਜੀ 16 ਤਾਰ ਇਹ ਆ ਗਈ 16 ਤਾਰ ਰੈੱਡ ਕਲਰ ਚੈੱਕ ਕਰੋ ਭਾਈ ਇਹ 12 ਤਾਰ ਤੇ 16 ਤਾਰ ਚ ਕੀ ਫਰਕ ਹੁੰਦਾ ਹੈ ਤਾਰ ਟੰਦੇ ਹੁੰਦੇ ਜੀ ਅੱਛਾ ਉਹ ਚ 12 ਟੰਦੇ ਹੁੰਦੇ ਤੇ ਇਹਨੂੰ ਵੀ ਗੁੱਡੀ ਢਾਲ ਭਾਰੀ ਹਾਂ ਬੜਾ ਬੜਾ ਦੱਸ ਦੇਣਾ 6 ਤਾਰ ਵੀ 1.5 ਤਾਰ ਵੀ 3 ਤਾਰ ਵੀ ਢਾਲ ਅੱਛਾ ਤੇ 6 ਦਾ ਵੀ ਢਾ ਸਕਦੇ ਆ ਨਹੀਂ 6 ਟੁੱਟ ਜੇਗਾ ਤੇ 6 ਟੁੱਟ ਜੂਗਾ ਕਿ 2 ਨਾ ਉੱਡੂਗਾ ਅੱਛਾ ਇਹ ਨਵੀਂ ਡੋਰ ਆਈ ਹੈ ਜੀ ਧਾਗੇ ਦੀ ਵਰਤਮਾਨ ਨੇ ਕੱਢੀ ਹੈ ਜੀ ਡੋਰ ਬਹੁਤ ਵਧੀਆ ਬਹੁਤ ਵਧੀਆ ਹੈਗੀ ਆ ਚੈੱਕ ਕਰੋ ਇਹ ਕਰੀ ਇਹ 700 ਰੁਪਏ ਪੀਸ ਹੈ ਜੀ 700 ਰੁਪਏ ਪੀਸ ਹੈ ਜੀ ਠੀਕ ਹੈ ਪਿਓਰ ਕੋਟਨ ਹੈ ਤੇ ਹੋਰ ਕੋਈ ਇਸ ਤੋਂ ਬਾਅਦ ਇਸ ਤੋਂ ਇਲਾਵਾ ਹੈਗੀ ਚੈੱਕ ਕਰੋ ਮੋਨੋਕਾਈਟ ਪਰ ਇਹ ਕੋਟਨ ਉਹ ਮਾਂਜਾ ਹੈ ਕੋਟਨ ਮਾਂਜਾ ਇਹ ਚਾਈਨੀਜ਼ ਨਹੀਂ ਹੈ ਜੀ ਚਾਈਨੀਜ਼ ਸਮਝੋ ਇਹ ਕਾਂਚ ਔਰ ਮੈਟਲ ਰਹਿਤਾ ਜੀ ਪਿਓਰ ਮਾਂਜਾ ਹੈ 100 ਪਰ ਉਧਰ ਵੀ ਗੁੱਡੇ ਲੱਗੇ ਆ ਵੇਖੋ ਇਧਰ ਚੈੱਕ ਕਰ ਬੰਦੇ ਵਾਲਾ ਗੁੱਡਾ ਵੀ ਲੱਗਾ ਤੇ ਇੱਧਰ ਪਤੰਗਾ ਪਤੰਗਾ ਵੀ ਲੱਗਿਆ ਸਾਹਮਣੇ ਵੀ ਗੁੱਡਾ ਲੱਗਾ ਹੈ
ਤੇ ਇਹ ਵੀ ਆਪਣੇ ਹੁਣ ਲੱਗਾ ਹੈ ਗੁੱਡੇ ਰੈਡੀ ਕਰਦਾ ਪਿਆ ਆਰਡਰ ਤੇ ਗੁੱਡੇ ਵਾਲੇ। ਸੋ ਗਾਈਸ ਆਪਾਂ ਹੁਣ ਵਲੌਗ ਨੂੰ ਐਂਡ ਕਰਨ ਲੱਗੇ ਹਾਂ ਤੇ ਤੁਹਾਨੂੰ ਜੇ ਵਲੌਗ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਜ ਮੈਨੂੰ ਬੁਖਾਰ ਹੈਗਾ ਤਾਂ ਫਿਰ ਮੈਂ ਵੀਡੀਓ ਬਣਾਉਣ ਆਇਆ ਤੁਹਾਡੇ ਵਾਸਤੇ ਤੇ ਸੋ ਗਾਈਸ ਹੁਣ ਤੁਹਾਨੂੰ ਮਿਲਦੇ ਤੁਹਾਨੂੰ ਇੱਕ ਹੋਰ ਐਸੇ ਨਵੇਂ ਵਲੌਗ 'ਚ ਤੇ ਤੁਸੀਂ ਕਹਿ ਰਹੇ ਹਾਂ ਗੋਰਾ ਕੈਡ ਸ਼ੋਪ ਤੇ ਜੇ ਇਹ ਵੀਡੀਓ 'ਤੇ 200 ਲਾਈਕ ਅਤੇ 20 ਕਮੈਂਟ ਆ ਗਏ ਨਾ ਤਾਂ ਫਿਰ ਆਪਾਂ ਜਾਵਾਂਗੇ ਗੋਰਾ ਕੈਡ ਸ਼ੋਪ 'ਤੇ ਜਾਵਾਂਗੇ ਤੇ ਤੁਹਾਨੂੰ ਮਿਲਦੇ ਇੱਕ ਹੋਰ ਨਵੇਂ ਐਸੇ ਵਲੌਗ 'ਚ। ਇਹ ਚਿੜੀ ਵਾਲੀ ਗੁੱਡੀ ਵੀ ਹੈਗੀ ਆ ਵੇਖੋ ਚਿੜੀ ਬਣ ਕਬੂਤਰ ਬਣ ਕੀ ਹੈਗਾ ਇਹ।